ਆ ਸਾਨੂੰ ਪੰਜਵਾਂ ਸਾਲ ਐ ਇਸ ਵਾਰੀ ਜੀ ਅਸੀਂ ਸਾਰੀ ਪਰਾਲੀ ਖੇਤ ਦੇ ਵਿੱਚ ਰੱਖੀ ਕਣਕ ਬੀਜ ਰਹੇ ਹਾਂ ਜੀ ਵਿੱਚ ਰੱਖ ਕੇ ਵਿੱਚ ਰੱਖ ਕੇ ਕਣਕ ਬੀਜ ਰਹੇ ਜਿਵੇਂ ਵਿੱਚ ਪਈ ਆ ਹਾਂ ਵਿੱਚ ਪਈ ਐ ਬਿਲਕੁਲ ਇਸੇ ਤਰ੍ਹਾਂ ਜੀ ਇਹ ਮੰਨ ਲਓ ਕਿ ਇਹ ਮਲਚਿੰਗ ਵਿਧੀ ਨੂੰ ਕਿਹਾ ਜਾਂਦਾ ਜੀ ਅਸਲ ਦੇ ਵਿੱਚ ਗੱਲ ਇਹ ਆ ਜੀ ਥੋੜਾ ਜਿਹਾ ਆਪਾਂ ਪਿੱਛੇ ਚੱਲੀਏ ਤਾਂ ਜਦੋਂ ਮੰਨ ਲਓ ਪੂਰਾ ਰੌਲਾ ਚੱਲ ਰਿਹਾ ਸੀ ਪਰਾਲੀ ਦਾ ਕੈਪਟਨ ਸਰਕਾਰ ਵੇਲੇ ਜੀ ਉਦੋਂ ਇੱਕ ਕਿਸਾਨ ਦੀ ਖੋਜ ਐ ਜੀ ਸਰਦਾਰ ਗਿਆਨ ਸਿੰਘ ਜੀ ਨੇ ਪਿੰਡ ਜੈਰਾਮਪੁਰ ਕਪੂਰਥਲਾ ਜ਼ਿਲ੍ਹੇ ਵਿੱਚ ਜੀ ਉਹਨਾਂ ਨੇ ਪਹਿਲੀ ਵਾਰ ਤੇ ਅਰਬਾ ਕੀਤਾ ਸੀ ਜੀ ਤੇ ਸੋਸ਼ਲ ਮੀਡੀਆ ਰਹੀ ਇੱਕ ਖੇਤੀ ਦੀ ਮਾਹਰ ਹੈ ਗੁਰਪ੍ਰੀਤ ਦਬੜੀ ਖਾਨਾ ਜੀ ਉਹਨਾਂ ਦੀ ਵੀਡੀਓ ਨਹੀਂ ਸਾਨੂੰ ਪਤਾ ਲੱਗਿਆ ਇਸ ਚੀਜ਼ ਬਾਰੇ ਫਿਰ ਅਸੀਂ ਉਸ ਸਾਲ 1.5 ਏਕੜ ਤੋਂ ਸ਼ੁਰੂ ਕਰਿਆ ਇਸ ਚੀਜ਼ ਨੂੰ ਬੀਜਣਾ ਜੀ ਤੇ ਉਸ ਤੋਂ ਬਾਅਦ ਹਰ ਸਾਲ ਦਰਸਾਲ ਅਸੀਂ ਬੀਜਦੇ ਆ ਰਹੇ ਹਾਂ ਸਾਡਾ ਸਾਨੂੰ ਇਹ ਬਹੁਤ ਵਧੀਆ ਮੰਨੋ ਤਕਨੀਕ ਲੱਗੀ ਆਖੀ ਵਧੀਆ ਲੱਗੀ ਬਹੁਤ ਵਧੀਆ ਲੱਗੀ ਜੀ ਖਰਚਾ ਬਹੁਤ ਘੱਟ ਹੈ ਜੀ ਲਗਭਗ 4-500 ਰੁਪਏ ਵਿੱਚ ਪ੍ਰਤੀ ਏਕੜ ਬਿਜਾਈ ਹੋ ਜਾਂਦੀ ਹੈ ਪਰਾਲੀ ਵੀ ਨਹੀਂ ਬਾਹਰ ਕੱਢਣੀ ਜੀ ਅੱਗ ਵੀ ਨਹੀਂ ਲਾਉਣੀ ਗੱਠਾ ਵੀ ਨਹੀਂ ਬਣਾਉਣਾ ਗੱਠਾ ਨਹੀਂ ਬਣਾਉਣਾ ਨਾ ਜੀ ਜਿਵੇਂ ਸੁਪਰ ਸੀਡਰ ਜਾਂ ਹੈ ਉਹ ਤੇ ਕਿੰਨਾ ਖਰਚ ਆ ਜਾਂਦਾ। ਸੁਪਰ ਹਿੱਡਰ ਦੇ ਵਿੱਚ ਤਾਂ 22500 ਰੁਪਏ ਆਮ ਨਾਲ ਖਰਚ ਆ ਜਾਂਦਾ ਜੀ। ਇਹਦੇ ਵਿੱਚ 500 ਰੁਪਏ ਦੇ ਵਿੱਚ ਅਸੀਂ ਮੰਨ ਲਓ ਬਿਜਾਈ ਕਰ ਲੈਂਦੇ ਆ। ਔਰ ਵੱਡੀ ਗੱਲ ਇਹ ਖਰਚ ਦੇ ਵਿੱਚ ਫਰਕ ਹੈ ਨਾ ਜੀ ਸਾਨੂੰ ਨਵਾਂ ਸੰਦਲੈਂਡ ਦੀ ਲੋੜ ਨਹੀਂ। ਤੁਸੀਂ ਦੇਖੋ ਜਿੰਨੇ ਸੁਪਰ ਹਿੱਡਰ ਵੇਖੇ ਆ ਉਹਨੇ ਵੱਡੇ ਟਰੈਕਟਰ ਵੇਖੇ। ਕਿਉਂਕਿ ਸੁਪਰ ਹਿੱਡਰ ਚਲਾਉਣ ਲਈ ਫਿਰ ਟਰੈਕਟਰ ਵੀ ਮਹਿੰਗਾ ਲੈਣਾ ਪਿਆ ਜੀ। ਇਹਦੇ ਲਈ ਪੁਰਾਣਾ ਟਰੈਕਟਰ ਤੇ ਉਹੀ ਪੁਰਾਣਾ ਟ੍ਰੈਡੀਸ਼ਨਲ ਸੰ ਜਿਹੜਾ ਰੀਪਰ ਬਹੁਤ ਸਾਲਾਂ ਤੋਂ ਵਰਤਦੇ ਆ ਸੀ ਉਹ ਸੀ ਜੀ। ਉਸ ਨਾਲ ਹੀ ਬਿਜਾਈ ਕਰੀ ਜਾਂਦੀ ਹੈ। ਹਾਂਜੀ ਜਿਵੇਂ ਭਾਈ ਇਹ ਇਹ ਵਿੱਚ ਹੁਣ ਜਿਵੇਂ ਮੈਂ ਖੇਤ ਚ ਪਈ ਐ ਜਿਵੇਂ ਕਿਸਾਨ ਕਹਿੰਦਾ ਵੀ ਇਹਦੇ ਨਾਲ ਮੁੜ ਕੇ ਅੱਗੇ ਤੁਹਾਨੂੰ ਕੋਈ ਸਮੱਸਿਆ ਨਹੀਂ ਉਹ ਥੋੜੇ ਤਾਂ ਮੈਂ ਦੇਖ ਰਿਹਾ ਵੀ ਉਹ ਕਣਕ ਜਿੰਨੀ ਥੋੜੇ ਥੱਲੇ ਪਰਾਲੀ ਖੇਦ ਲਈ ਇਹ ਪਹਿਲਾਂ ਤਾਂ ਜੀ ਸਾਨੂੰ ਕਈ ਸਾਲਾਂ ਦੇ ਵਿੱਚ ਅਸੀਂ ਇਹ ਚੀਜ਼ ਨਾ ਦੇਖੀ ਗੌਰ ਨਹੀਂ ਕਰੀ ਕਿਉਂਕਿ ਸੁੰਢੀ ਕਿਸੇ ਸਾਲ ਦੇ ਵਿੱਚ ਅਟੈਕ ਨਹੀਂ ਵੀ ਆਇਆ ਘੱਟ ਆਇਆ ਇਸ ਵਾਰ ਜਦੋਂ ਬਹੁਤ ਵੱਡੇ ਲੈਵਲ ਤੇ ਸੁੰਢੀ ਦਾ ਅਟੈਕ ਆਇਆ ਜੀ ਤਾਂ ਇਸ ਵਾਰ ਅਸੀਂ ਇਹ ਚੀਜ਼ ਅਸੀਂ ਵੀ ਪਹਿਲੀ ਵਾਰੀ ਨੋਟ ਕੀਤੀ ਹੈ ਕਿ ਜਿੱਥੇ ਸਾਰੀ ਪਰਾਲੀ ਮੰਨ ਲਓ ਵਿੱਚ ਰੱਖੀ ਹੋਈ ਹੈ ਜੇ ਸੁੰਢੀ ਪਰਾਲੀ ਤੋਂ ਹੀ ਪੈਂਦੀ ਹੈ ਤਾਂ ਇਹਦੇ ਵਿੱਚ ਤਾਂ ਸਾਰੀ ਪਰਾਲੀ ਹੈ ਇਹਦੇ ਵਿੱਚ ਸੁੰਡੀ ਨਹੀਂ ਆਈ ਜਿਹੜੇ ਖੇਤਾਂ ਦੇ ਵਿੱਚ ਗੱਠਾ ਬਣਵਾਤੀਆਂ ਹੂੰ ਅੱਗ ਲਾਤੀ ਮੰਨ ਲਓ ਲੈਣਾ ਬਾਲ ਕੇ ਆਮ ਸੁਪਰ ਹੀਡਰ ਵਿੱਚ ਚਲਾਉਂਦਾ ਇਹੀ ਹੈ ਜੀ ਕਿ ਲੈਣਾ ਬਾਲ ਕੇ ਉਸ ਤੋਂ ਬਾਅਦ ਸੁਪਰ ਹੀਡਰ ਚਲਾ ਦੋ ਹੂੰ ਉਹਨਾਂ ਖੇਤਾਂ ਵਿੱਚ ਸੁੰਡੀ ਹੈ ਜੀ ਪਰ ਇਹਦੇ ਵਿੱਚ ਸਾਨੂੰ ਸੁੰਡੀ ਨਹੀਂ ਮਿਲੀ ਇਹ ਅਸੀਂ ਪਹਿਲੀ ਵਾਰੀ ਇਹ ਚੀਜ਼ ਦੇਖੀ ਹੈ ਅੱਜ ਕਿ ਜੀ ਬਿਲਕੁਲ ਵੀ ਸੁੰਡੀ ਨਹੀਂ ਨਹੀਂ ਬਿਲਕੁਲ ਸੁੰਡੀ ਨਹੀਂ ਇਹਦੇ ਵਿੱਚ ਕੋਈ ਟ੍ਰੀਟਮੈਂਟ ਵੀ ਨਹੀਂ ਕੀਤਾ ਹਾਲਾਂਕਿ ਉਹਨਾਂ ਖੇਤਾਂ ਦੇ ਵਿੱਚ ਬਹੁਤ ਸਪਰੇਆਂ ਵੀ ਪਾਤੀਆਂ ਲੋਕਾਂ ਨੇ ਉੱਪਰ ਵੀ ਛੜਕੀਆਂ ਅਸੀਂ ਇਹਦੇ ਵਿੱਚ ਨਾ ਕੋਈ ਬੀਜ ਨੂੰ ਲਾਈ ਨਾ ਕੋਈ ਸਪਰੇ ਉਤੇ ਕਰੀ ਕੋਈ ਟ੍ਰੀਟਮੈਂਟ ਨਹੀਂ ਕੀਤਾ ਤੇ ਸੁੰਡੀ ਦਾ ਕੋ ਝਾੜ ਸਾਡਾ ਦੂਜਿਆਂ ਦੇ ਮੁਕਾਬਲੇ 1-2 ਮਣ ਵੱਧ ਹੀ ਹੁੰਦੇ ਘਟ ਨਹੀਂ ਕਦੇ ਇਹ ਝਾੜ ਵੀ ਵੱਧ ਵੱਧ ਹੈ ਜੀ ਝਾੜ ਇਹ ਇੱਕ ਦੋ ਮਣ ਮੰਨ ਲਓ ਵੱਧ ਆਇਆ ਜੀ ਔਰ ਅਗਲੀ ਫਸਲ ਜਿਹੜੀ ਹੋਊਗੀ ਉਸ ਤੋਂ ਬਾਅਦ ਜੀ ਉਹਦੇ ਝਾੜ ਦੇ ਵਿੱਚ ਵੀ ਫਰਕ ਹੁੰਦਾ ਜਿਵੇਂ ਝੋਨਾ ਆਉਗਾ ਝੋਨਾ ਆਊਗਾ ਕਿਉਂਕਿ ਇਹਦਾ ਸਾਰਾ ਜਿਹੜਾ ਇਹਦਾ ਝੋਨੇ ਦੀ ਪਰਾਲੀ ਹੈ ਜੀ ਇਹਨੇ ਵਿੱਚ ਹੀ ਗੱਲ ਹੈ ਔਰ ਸਾਰੀ ਖਾਦ ਬਣਨੀ ਹੈ ਔਰ ਇਹ ਖਾਦ ਅਗਲੀ ਫਿਰ ਝੋਨੇ ਨੂੰ ਹੋਰ ਬਧੇ ਕੰਮ ਆਉਂਦੀ ਹੈ ਜਿਵੇਂ ਮੈਂ ਇੱਕ ਗੱਲ ਹੋਰ ਵੀ ਦੇਖ ਰਿਹਾ ਵੀ ਮੈਨੂੰ ਨਦੀਨ ਵੀ ਘਟ ਲੱਗ ਰਹੇ ਇਹ ਤੇ ਵੀ ਅਸਰ ਪੈਂਦਾ ਹੈ ਨਦੀਨਾਂ ਤੇ ਬਹੁਤ ਫਰਕ ਪੈਂਦਾ ਉਹਦੇ ਵਿੱਚ ਨਦੀਨ ਨਿਕਲਦਾ ਨਹੀਂ ਸੀ ਪ੍ਰਾਲੀ ਵਿੱਚ ਸੀ ਨਦੀਨ ਨਿਕਲ ਨਹੀਂ ਨਹੀਂ ਨਿਕਲਦਾ ਜੀ ਇੱਕ ਹੋਰ ਵੀ ਵੱਡੀ ਗੱਲ ਹੈ ਕਿ ਪਾਣੀ ਦੀ ਵੀ ਘੱਟ ਲੋਟ ਪੈਂਦੀ ਹੈ ਪਾਣੀ ਵੀ ਘੱਟ ਪਾਣੀ ਵੀ ਘੱਟ ਲੈਂਦੀ ਕਿਉਂਕਿ ਇਹਦੇ ਇਹਦੇ ਵਿੱਚ ਹੈ ਜੀ ਪ੍ਰਾਲੀ ਉੱਤੇ ਰਹਿਣ ਕਰਕੇ ਜੀ ਜ਼ਮੀਨ ਸੱਲ ਬਣੀ ਰਹਿੰਦੀ ਹੈ ਅਖੀਰਲੀ ਜਿਹੜੀ ਸਾਡੇ ਹੁੰਦਾ ਕਿ ਮਾਰਚ ਮਹੀਨੇ ਦੇ ਵਿੱਚ ਆ ਕੇ ਗਰਮੀ ਵੱਧਦੀ ਹੈ ਇਹਦੇ ਉੱਤੇ ਉਹਦਾ ਪ੍ਰਭਾਵ ਵੀ ਘੱਟ ਪੈਂਦਾ ਹੈ ਕਈ ਵਾਰ ਇਹ ਹੁੰਦਾ ਵੀ ਤੁਸੀਂ ਤਾਂ ਇਹ ਗੱਲਾਂ ਕਹੀ ਜਾਂਦੇ ਹੋ ਲੋਕ ਜਿਵੇਂ ਥੱਲੇ ਕਈ ਕਮੈਂਟ ਵੀ ਕਰਨਗੇ ਜਾਂ ਕਹਿੰਦੇ ਵੀ ਇਹ ਤਕਨੀਕਾਂ ਬੜੀਆਂ ਵਾਰਤવાર ਛੜੀਆਂ ਯਾਰ ਕੋਈ ਫਾਇਦਾ ਨਹੀਂ ਮੁੜ ਕੇ ਪਤਾ ਲੱਗਦਾ ਇਹ ਤੇਰੇ ਕੋਲੇ ਜੋ ਹੋਊਗੀ ਚਾਰ ਕਿੱਲੇ ਤੋਂ ਤਾਂ ਮਾਰੀ ਜਾਣਾ ਭਕਾਈ ਨੇ ਠੇਕੇ ਤੇ ਲੈ ਜਾਓ ਕਿਵੇਂ ਕੱਢੇ ਜਿਹੜਾ ਜੀ ਆਪਾਂ ਇਹ ਖੇਤ ਦੇ ਵਿੱਚ ਖੜੇ ਹੋ ਜਾਨਾ ਜੀ ਇਹ ਸਾਡੇ ਭਰਾ ਦਾ ਹੀ ਖੇਤ ਆ ਔਰ ਉਹਨੇ ਠੇਕੇ ਤੇ ਲੈ ਕੇ ਬੀਜਿਆ ਔਰ ਉਹ ਵੀ ਇਹ 4 ਸਾਲ ਤੋਂ ਲਗਾਤਾਰ ਇਸੇ ਤਰੀਕੇ ਬੀਜ ਰਹੇ ਆ ਠੇਕੇ ਤੇ ਲੈ ਕੇ ਬੀਜ ਰਹੇ ਆ ਮਲਚਿੰਗ ਵਿਧੀ ਨਾਲ ਮਲਚਿੰਗ ਵਿਧੀ ਨਾਲ ਇੱਕੇ ਤੇ ਲੈ ਕੇ ਵੀ ਉਹਨੂੰ ਘਾਟਾ ਨਹੀਂ ਪੈ ਰਿਹਾ ਘਾਟਾ ਨਹੀਂ ਪੈ ਰਿਹਾ ਜੀ ਕਿਉਂਕਿ ਵੇਖੋ ਜੀ ਘਾਟਾ ਪਿਆ ਹੁੰਦਾ ਛੱਡ ਜਾਂਦਾ ਹੂੰ ਵੱਡੀ ਗੱਲ ਤੇ ਹੈ ਨਾ ਜੀ ਹੁਣ ਉਹ ਦੇ ਕੋਲੇ ਖੁਦ ਦਾ ਡੇਢ ਕਿੱਲੇ ਦੀ ਮਾਲਕੀ ਹੈ ਜੀ ਔਰ ਉਹ ਠੇਕੇ ਤੇ ਲੈ ਕੇ ਬਰਾਲੀ ਵਿੱਚ ਰੱਖ ਰਿਹਾ ਮਲਚنگ ਵਿਦਨਾ ਬੀਜ ਰਿਹਾ ਜੀ ਜੇ ਘਾਟਾ ਪੈਂਦਾ ਡੇਢ ਕਿੱਲੇ ਵਾਲਾ ਕਿਸਾਨ ਵੇਖੋ ਕਿੰਨਾ ਇਧਰ ਚੱਲੂਗਾ ਉਹਨੇ ਛੱਡ ਜਾਂਦਾ ਉਹਨੂੰ ਛੱਡ ਜਾਣੀ ਸੀ 70000 ਨੂੰ ਠੇਕਾ ਹਾਂਜੀ 70000 ਨੂੰ ਠੇਕਾ ਜੀ ਫਿਰ ਉਹ ਕਿੱਥੇ ਦੁਆਰੇ ਲੈਂਦਾ ਸੀ ਆ ਦੁਆਰੇ ਲੈਂਦਾ ਹਾਂਜੀ ਕਿਵੇਂ ਲੱਗਿਆ ਜੀ ਤੁਸੀਂ ਤੁਸੀਂ ਵੀ ਤੁਸੀਂ ਹੋਰ ਮਾਈ ਵੀ ਜਾਈ ਪਹਿਲੇ ਸਾਲ ਤਾਂ ਜਦੋਂ ਇਹਨੇ ਬੀਜਿਆ ਪਿੰਡ ਵਾਲੇ ਆਦੇ ਸੀਗੇ ਇਹਦੇ ਕੋਲੇ ਜਮੀਨ ਹੈਗੀ ਚਾਰ ਕਿੱਲੇ ਤੇ ਚੋਜ ਕਰਦਾ ਤੇ ਹੁਣ ਜਦੋਂ ਪਤਾ ਲੱਗਿਆ ਜੀ ਸੁਪਰ ਸੀਡਰਾਂ ਬੀਜੀ ਆ ਸੁਪਰ ਸੀਡਰ ਦਿੱਤਾ 2000 ਰੁਪਿਆ ਕਰਾਇਆ ਮਾੜਾ ਡੇਟਰ ਖੀਦਾ ਨਹੀਂ ਉਹਨੂੰ ਇਹਦੇ ਵਿੱਚ ਉਹ ਨਾਲੇ ਤਾਂ ਜੀ ਉਹ ਗੰਦ ਵਾਲੀ ਕੋਈ ਸਪਰੇ ਨਹੀਂ ਕਰੀ ਨਾ ਹੀ ਗੰਦ ਹੋਇਆ ਗੰਦ ਵੀ ਨਹੀਂ ਹੋਇਆ ਗੰਦ ਵੀ ਨਹੀਂ ਹੋਇਆ ਗਿਆ ਤੇ ਬਾਕੀ ਜਿਹੜੀ ਆ ਪਰਾਲੀ ਆ ਸਾਰੀ ਵੇਚ ਗਿਆ ਝੋਨੇ ਵੇਲੇ ਅਸਲ ਇਹਦਾ ਰਿਜ਼ਲਟ ਤਾਂ ਫੇਰ ਪਤਾ ਲੱਗੂ ਆਈ ਪੂਰਾ ਸਾਰੀ ਜੁਦੀ ਦੀ ਰੇਹ ਬਣੀ ਜੀ ਉਹ ਰੇਹ ਤਾਂ ਹੈ ਨਹੀਂ ਕਿ ਆਪਣੇ ਕੋਲੇ ਉਹ ਰੇਹ